ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ 'ਚ। ਅਤੇ ਅੱਜ ਆਪਾਂ ਫਿਰ ਤੁਹਾਡੇ ਲਈ ਕੁਛ ਲੈ ਕੇ ਆਏ ਹਾਂ ਸਪੈਸ਼ਲ। ਪਰ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਰਨਾ ਚਾਹੁੰਦੀ ਕਿ ਮੈਂ ਤੁਹਾਡੇ ਸਾਰਿਆਂ ਨਾਲ ਬਹੁਤ ਜ਼ਿਆਦਾ ਰੁੱਸੀ ਹੋਈ ਹਾਂ, ਕਿਉਂਕਿ ਆਪਾਂ ਇੰਨੀ ਮਿਹਨਤ ਕਰਕੇ ਹੈ ਨਾ ਕੁਕਿੰਗ ਵਲੋਗ ਹੁਣ ਸ਼ੁਰੂ ਕੀਤੇ ਆ, ਅਤੇ ਇੰਨੀ ਮਿਹਨਤ ਕਰਕੇ ਵਲੋਗ ਬਣਾਇਆ, ਐਡਿਟ ਕੀਤਾ, ਅਪਲੋਡ ਕੀਤਾ, ਅਤੇ ਕੋਈ ਰਿਸਪੋਂਸ ਨਹੀਂ ਆਇਆ। ਸ਼ਾਇਦ ਤੁਹਾਨੂੰ ਸਾਡੇ ਵਲੋਗ ਹੁਣ ਚੰਗੇ ਨਹੀਂ ਲੱਗਦੇ। ਮੈਂ ਤਾਂ ਰੁੱਸੀ ਹਾਂ ਤੁਹਾਡੇ ਨਾਲ। ਅਤੇ ਚਲੋ ਅੱਜ ਦਾ ਮੈਂ ਤੁਹਾਨੂੰ ਦੱਸਦੀ ਹਾਂ, ਅੱਜ ਦੇ ਵਲੌਗ 'ਚ ਮੈਂ ਤੁਹਾਨੂੰ ਬਣਾਉਣਾ ਸਿਖਾਉਂਗੀ ਜਿਹੜੇ ਆਪਾਂ ਛੋਟੇ ਛੋਟੇ ਗੁਲਾਬ ਜਾਮੁਨ ਨਹੀਂ ਹੁੰਦੇ ਖਾਈਦੇ ਆ ਗਲੀ 'ਚ, ਭਾਈ ਲੈ ਕੇ ਘੁੰਮਦੇ ਹੁੰਦੇ ਥਾਲੀ ਦੇ 'ਚ ਪਰਾਤ 'ਚ ਪਾ ਕੇ, ਹੈ ਨਾ, ਉਹ ਵਾਲੇ ਅੱਜ ਮੈਂ ਤੁਹਾਨੂੰ ਘਰੇ ਬਣਾਉਣਾ ਸਿਖਾਉਂਗੀ। ਉਹਦੇ ਲਈ ਮੈਂ ਇੱਕ 10 ਰੁਪਏ ਵਾਲਾ ਬ੍ਰੈਡ ਲੈ ਕੇ ਆਈ ਸੀਗੀ, ਬ੍ਰੈਡ ਕੋਈ ਵੀ ਚੱਲੂਗਾ। ਅਤੇ ਉਹ ਤੋਂ ਬਾਅਦ ਬ੍ਰੈਡ ਦੇ ਜਿਹੜੇ ਸਾਈਡਾਂ ਵਾਲੇ ਪੀਸਿਸ ਸਲਾਈਸ ਹੁੰਦੇ ਆ ਨਾ, ਉਹ ਆਪਾਂ ਕੱਟ ਲਏ। ਕੱਟਣ ਤੋਂ ਬਾਅਦ ਆਪਾਂ ਇਹਨੂੰ ਇੱਕ ਬ੍ਰੈਡ ਨੂੰ 4 ਪਾਰਟ 'ਚ ਡਿਵਾਈਡ ਕਰ ਲਿਆ ਕੱਟ ਕੇ। ਇਹਦੇ ਨਾਲ ਆਪਾਂ ਜਿਹੜੇ ਬ੍ਰੈਡ ਆ ਇਹਨੂੰ ਗੁੰਨਣਾ ਆ, ਮਤਲਬ ਕਿ ਆਟੇ ਵਾਂਗੂ ਗੁੰਨਣਾ ਹੈ। ਗੁੰਨ ਕੇ ਦੁੱਧ ਇਹਦੇ 'ਚ ਹੈ ਨਾ ਕੁਆਂਟਿਟੀ ਉੱਨੀ ਕੁ ਰੱਖਣੀ ਆ ਜਿੰਨਾ ਕੁ ਗੁੰਨ ਕੇ ਆਟੇ ਵਾਂਗੂ ਹੋ ਜਾਵੇ। ਆਪਾਂ ਜ਼ਿਆਦਾ ਦੁੱਧ ਵੀ ਨਹੀਂ ਪਾਉਣਾ, ਬਟ ਇਸ ਹਿਸਾਬ ਨਾਲ ਪਾਉਣਾ ਹੈ ਕਿ ਗੁੰਨ ਹੋ ਜਾਵੇ ਵਧੀਆ ਤਰੀਕੇ ਨਾਲ। ਮੈਨੂੰ ਦੁੱਧ ਠੰਡਾ ਕਰਨ ਲਈ ਜ਼ਿਆਦਾ ਟਾਈਮ ਲੱਗ ਰਿਹਾ, ਇਸ ਲਈ ਆਪਾਂ ਇੱਕ ਚਾਹ ਦੇ ਪਤੀਲੇ 'ਚ ਦੁੱਧ ਪਾ ਕੇ ਪਾਣੀ, ਅਤੇ ਉਹਦੇ ਵਿੱਚ ਆਪਾਂ ਦੁੱਧ ਵਾਲਾ ਗਲਾਸ ਖੱਟਾ ਘੁਮਾਵਾਂਗੇ ਅਤੇ ਛੇਤੀ ਠੰਡਾ ਕਰਾਂਗੇ। ਮੈਨੂੰ ਠੰਡਾ ਰੱਖਾਂਗੇ ਚੰਗੀ ਤਰ੍ਹਾਂ ਤਾਂ ਕਿ ਆਟਾ ਗੁੰਨਣ 'ਚ ਪ੍ਰੋਬਲਮ ਨਾ ਆਵੇ। ਠੰਡਾ ਤਾਂ ਹੁਣ ਤੁਸੀਂ ਦੇਖਿਓ, ਇਹਨੂੰ ਚੰਗੀ ਤਰ੍ਹਾਂ ਗੁੰਨਣਾ, ਥੋੜਾ ਥੋੜਾ ਦੁੱਧ ਪਾ ਕੇ ਚੰਗੀ ਤਰ੍ਹਾਂ ਗੁੰਨ ਲੈਣਾ, ਔਰ ਜ਼ਿਆਦਾ ਵੀ ਦੁੱਧ ਨਹੀਂ ਪਾਉਣਾ ਤਾਂ ਕਿ ਬਿਲਕੁਲ ਲਿਕੁਇਡ ਜਿਹਾ ਵੀ ਨਾ ਹੋਏ ਨਾ। ਤੁਸੀਂ ਦੇਖ ਸਕਦੇ ਹੋ ਟੈਕਸਚਰ ਕਿਵੇਂ ਦਾ ਆ, ਐਵੇਂ ਦਾ ਹੀ ਤੁਸੀਂ ਰੱਖਣਾ। ਬ੍ਰੈਡ ਹੋ ਗਿਆ ਜ਼ਿਆਦਾ ਪਤਲਾ, ਅਤੇ ਮੈਂ ਡੈਡੀ ਤੋਂ ਹੋਰ ਬ੍ਰੈਡ ਮੰਗਵਾਉਣੀ ਆ, ਥੋੜ੍ਹੇ ਬ੍ਰੈਡ ਹੋਰ ਪਾਵਾਂਗੇ ਨਾਲੇ ਇਹਦੇ ਨਾਲ ਥੋੜ੍ਹਾ ਬਣੂਗਾ। ਲਓ ਜੀ ਬ੍ਰੈਡ ਮੈਂ ਆਪ ਹੀ ਜਾ ਕੇ ਲੈਣੀ, ਆਹ ਤਾਂ ਪੇ ਵੇਸਟ ਨਹੀਂ ਹੈ, ਵੈਸੇ ਆਪਾਂ ਇਹਨੂੰ ਪਾ ਸਕਦੇ ਹਾਂ ਵਿੱਚ, ਹੈ ਨਾ। ਬ੍ਰੈਡ ਆਪਾਂ ਥੋੜ੍ਹੇ ਹੋਰ ਕੱਟ ਲਾਂਗੇ, ਪਹਿਲਾਂ ਕੱਟ ਕੇ ਕੁਆਂਟਿਟੀ ਦੇਖਾਂਗੇ ਕਿੰਨੀ ਚਾਹੀਦੀ ਆ। ਤੁਸੀਂ ਦੇਖ ਸਕਦੇ ਹੋ ਆਟੇ ਦੇ ਪੇੜੇ ਵਾਂਗੂ ਸਾਡਾ ਪੇੜਾ ਬਣ ਗਿਆ, ਡੇਢ ਪੈਕਟ ਬ੍ਰੈਡ ਦਾ ਆ ਇਹ, ਅਤੇ ਇਹ ਡੋ ਬਣ ਕੇ ਤਿਆਰ ਹੋ ਗਈ ਆਪਣੀ। ਹੁਣ ਇਹਦੇ ਆਪਾਂ ਛੋਟੇ ਛੋਟੇ ਕਰਾਂਗੇ ਬੋਲਸ ਬਣਾਵਾਂਗੇ। ਅਤੇ ਲਓ ਜੀ ਡੋ ਤਾਂ ਆਪਾਂ ਜਿਹੜੇ ਆ ਬਣਾ ਲਏ, ਅਤੇ ਹੁਣ ਬੋਲਸ, ਅਤੇ ਹੁਣ ਮੈਂ ਤੇਲ ਗਰਮ ਹੋਣੇ ਰੱਖੂੰਗੀ। ਅਤੇ ਲਓ ਜੀ ਆਪਣੇ ਜਿਹੜੇ ਆ ਡੋ ਤੋਂ ਆਪਾਂ ਛੋਟੇ ਛੋਟੇ ਬੋਲਸ ਤਿਆਰ ਕਰ ਲਏ। ਬੋਲਸ ਗੋਲ ਗੋਲ ਇੱਦਾਂ ਬਣਾ ਲਿਓ, ਮੇਰੇ ਪ੍ਰੋਪਰ ਗੋਲ ਨਹੀਂ ਹੈਗੇ ਵੈਸੇ, ਥੋੜ੍ਹੇ ਥੋੜ੍ਹੇ ਦੇਖ ਹੀ ਸਕਦੇ ਹੋ ਸ਼ੇਪਸ ਇਹਨਾਂ ਦੀ। ਅਤੇ ਮੈਂ ਤਾਂ ਨਾ ਰਿਫਾਈਂਡ ਕਰ ਲਓ, ਉਹਦੇ 'ਚ ਆਪਾਂ ਚਿਕਨ ਫਰਾਈ ਕਰ ਲਿਆ ਸੀ, ਅਤੇ ਤੇਲ 'ਚ ਮੈਂ ਤੁਹਾਨੂੰ ਵੀ ਪਤਾ ਹੀ ਹੋਣਾ ਵੀ ਤੇਲ 'ਚ ਤਾਂ ਕਰਨੇ ਨਹੀਂ, ਇਸ ਲਈ ਘੀ ਪਿਆ ਸੀ, ਮੈਂ ਸਾਰਾ ਘੀ ਵਿੱਚ ਪਾ ਦਿੱਤਾ ਆ, ਅਤੇ ਘੀ ਵਿੱਚ ਇਹਨਾਂ ਨੂੰ ਕਰੂੰਗੀ ਫਰਾਈ।
ਅਤੇ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਦਾ ਥਰਡ ਸਟੈਪ ਲਵਾਂਗੇ। ਥਰਡ ਸਟੈਪ ਕਰਾਂਗੇ ਅਤੇ ਦੁੱਧ ਆਪਾਂ ਚੱਕ ਕੇ ਰੱਖ ਦਈਏ ਹੁਣ ਸਾਈਡ 'ਤੇ। ਦੁੱਧ ਆਪਾਂ ਚੱਕਤਾ ਉੱਥੋਂ ਅਤੇ ਉਹਦੀ ਥਾਂ 'ਤੇ ਇਹਨੂੰ ਵਿਰਾਜਮਾਨ ਕਰਾਂਗੇ। ਹੁਣ ਇਹ ਤੋਂ ਆਪਾਂ ਬਾਅਦ 'ਚ ਦੂਜਾ ਸਟੈਪ ਵੀ ਨਾਲ ਹੀ ਕਰ ਲਈਏ ਕਿਉਂਕਿ ਫਿਰ ਛੇਤੀ ਵਰਕ ਖਤਮ ਹੋ ਜੂਗਾ। ਹੁਣ ਮੈਂ ਇਹਦੇ ਵਿੱਚ ਪਾਊਂਗੀ ਥੋੜ੍ਹਾ ਪਾਣੀ ਚਾਸ਼ਨੀ ਤਿਆਰ ਕਰਨ ਲਈ। ਇੱਕ ਗਲਾਸ ਪਾਣੀ ਪਾ ਦਿੱਤਾ ਆਪਾਂ ਵਿੱਚ, ਠੀਕ ਲਓ ਜੀ। ਜਿਹੜੀ ਆਪਾਂ ਚੀਨੀ ਆ, ਚੀਨੀ ਵੀ ਆਪਾਂ ਨਾਲ ਹੀ ਪਾ ਦਿੰਦੇ ਹਾਂ। ਇਹ ਬਣ ਜੂਗੀ ਆਪਣੀ ਚਾਸ਼ਨੀ, ਇਸ਼ਕੇ ਦੀ ਚਾਸ਼ਨੀ। ਲਓ ਆਪਣਾ ਘੀ ਵੀ ਜਿਹੜਾ ਬਸ ਪਿਘਲ ਰਿਹਾ ਆ, ਅਤੇ ਜਦੋਂ ਗਰਮ ਹੋ ਜੂਗਾ ਇਹਦੇ 'ਚ ਆਪਾਂ ਕਰ ਲਾਂਗੇ ਬੋਲਸ ਨੂੰ ਫਰਾਏ। ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਅਗਲਾ ਪ੍ਰੋਸੀਜਰ ਸਟੈਪ ਆ ਉਹ ਕਰਾਂਗੇ। ਚੀਨੀ ਮੈਂ ਕਾਫੀ ਪਾਤੀ, ਚਲੋ ਵੈਸੇ ਮਿੱਠੀ ਮਿੱਠੀ ਚਾਸ਼ਨੀ ਹੋਣੀ ਚਾਹੀਦੀ। ਥੋੜ੍ਹਾ ਜਿਹਾ ਫਲੇਵਰ ਲਈ ਤੁਸੀਂ ਵਿੱਚ ਇਲਾਇਚੀ ਵਗੈਰਾ ਵੀ ਪਾ ਸਕਦੇ, ਮੈਂ ਦੇਖਦੀ ਮੇਰੇ ਤੋਂ ਇਲਾਇਚੀ ਪਈ ਹੈ ਕਿ ਨਹੀਂ। ਛੋਟੀ ਛੋਟੀ ਇਲਾਇਚੀ, ਦੋ ਵਿੱਚ ਇਲਾਇਚੀਆਂ ਸੁੱਟ ਦੀਆਂ ਆਪਾਂ। ਅਤੇ ਸਾਡਾ ਘੀ ਜਿਹੜਾ ਪਿਘਲ ਚੁੱਕਾ ਹੈ ਆਲਮੋਸਟ, ਥੋੜ੍ਹਾ ਜਿਹਾ ਰਹਿ ਗਿਆ। ਜਿੰਨਾ ਚਿਰ ਸਾਰਾ ਨਹੀਂ ਪਿਘਲਦਾ ਉਨਾ ਚਿਰ ਆਪਾਂ ਇਹਨੂੰ ਹੋਰ ਗਰਮ ਹੋਣ ਦੇਵਾਂਗੇ, ਨਾਲੇ ਘੀ ਗਰਮ ਹੋ ਜੂਗਾ ਇੱਕਦਮ, ਅਤੇ ਫਿਰ ਆਪਾਂ ਬੋਲਸ ਵਿੱਚ ਪਾਵਾਂਗੇ। ਤੁਸੀਂ ਦੇਖ ਸਕਦੇ ਹੋ ਨਾ ਹਾਰਡ ਹੈ ਨਾ ਸੋਫਟ ਹੈ, ਜਿਵੇਂ ਆਪਾਂ ਆਟਾ ਗੁੰਨੀ ਦਾ ਨਾ, ਆਟਾ ਗੁੰਨਣ ਤੋਂ ਬਾਅਦ ਜਿਵੇਂ ਆਟਾ ਹੁੰਦਾ ਨਾ ਹਾਰਡ ਨਾ ਸੋਫਟ, ਰੋਟੀ ਬਣਾ ਲਈ ਗੁੰਨੀ ਦਾ ਸੇਮ ਉਵੇਂ ਦੀ ਹੀ ਤੁਸੀਂ ਜਿਹੜੀ ਡੋ ਆ ਉਹ ਤਿਆਰ ਕਰਨੀ ਆ। ਲਓ ਜੀ, ਵਲੋਗਿੰਗ ਦੇ ਵਿੱਚ ਸਾਡਾ ਹੋ ਚੁੱਕਾ ਨੁਕਸਾਨ, ਸਾਡੇ ਰਿੰਗ ਲਾਈਟ ਦਾ ਟੁੱਟ ਗਿਆ ਜਿਹੜਾ ਸਕਿਊਜ਼ ਮਤਲਬ ਕਿ ਉੱਪਰ ਥੱਲੇ ਹੁੰਦਾ ਸੀਗਾ, ਅਤੇ ਹੁਣ ਬਿਨਾਂ ਹੈਂਡਲ ਕੀਤੇ ਫੋਨ ਮੈਨੂੰ ਹੱਥ 'ਚ ਫੜ ਕੇ ਹੀ ਵਲੋਗ ਕੰਟੀਨਿਊ ਕਰਨਾ ਪੈਣਾ ਆ। ਇਹ ਤਾਂ ਸਾਡਾ ਹੋ ਗਿਆ ਪੂਰਾ ਦਾ ਪੂਰਾ ਗਰਮ। ਲਓ ਜੀ, ਹੁਣ ਮੈਂ ਇਹਦੇ 'ਚ ਇੱਕੋ ਵਾਰੀ ਸਾਰੀ ਬੋਲਸ ਪਾ ਦੂੰਗੀ, ਅਤੇ ਇੱਧਰੋਂ ਸਾਡੀ ਚਾਸ਼ਨੀ ਥੱਲੇ ਨਾ ਲੱਗ ਜੇ, ਇਸ਼ਕੇ ਦੀ ਚਾਸ਼ਨੀ। ਸਾਡੀ ਚਾਸ਼ਨੀ ਰੈਡੀ ਹੋ ਰਹੀ ਆ, ਮੈਨੂੰ ਲੱਗਦਾ ਮੈਂ ਪਾਣੀ ਜ਼ਿਆਦਾ ਅਤੇ ਚੀਨੀ ਘੱਟ ਪਾਈ ਹੈ, ਚਲੋ ਕੋਈ ਗੱਲ ਨਹੀਂ। ਅਤੇ ਲਓ ਜੀ, ਬੋਲਸ ਆਪਾਂ ਸਾਰੀਆਂ ਵਿੱਚ ਪਾਤੀਆਂ, ਇਹਨਾਂ ਨੂੰ ਬਰਾਊਨ ਹੋਣ ਤੱਕ ਹੀ ਆਪਾਂ ਕੇਚ ਰੱਖਾਂਗੇ। ਹਲਕੇ ਹਲਕੇ ਬਰਾਊਨ ਹੋਣੇ ਸ਼ੁਰੂ ਹੋ ਗਿਆ ਬੋਲਸ, ਥੋੜ੍ਹਾ ਥੋੜ੍ਹਾ ਹਲਾਉਂਦੇ ਰਵਾਂਗੇ। ਜਦੋਂ ਤੱਕ ਪ੍ਰੋਪਰ ਬਰਾਊਨ ਨਹੀਂ ਹੁੰਦੇ, ਅਤੇ ਸਾਡੀ ਚਾਸ਼ਨੀ ਵੀ ਜਿਹੜੀ ਹੈ ਉਹ ਕੱਢ ਰਹੀ ਹੈ ਅਤੇ ਤਿਆਰ ਹੋ ਰਹੀ ਹੈ। ਸਾਡੀ ਬੋਲਸ ਬਰਾਊਨ ਹੋ ਚੁੱਕੀਆਂ, ਗੈਸ ਆਪਾਂ ਕਰਤਾ ਬੰਦ, ਅਤੇ ਹੁਣ ਆਪਾਂ ਇਹਨੂੰ ਵਿੱਚੋਂ ਕੱਢ ਲਾਂਗੇ। ਸਾਡੀ ਕਾਲੀਆਂ ਕਾਲੀਆਂ ਛੋਟੀਆਂ ਛੋਟੀਆਂ ਗੁਲਾਬ ਜਾਮਨ ਜਿਹੜੀਆਂ ਉਹ ਬਣ ਚੁੱਕੀਆਂ ਆ, ਅਤੇ ਬਾਕੀ ਚਾਸ਼ਨੀ ਦੀ ਵੀ ਖੁਸ਼ਬੂ ਆਉਣ ਲੱਗ ਗਈ ਆ, ਚਾਸ਼ਨੀ ਜਿਹੜੀ ਹੈ। ਲਓ ਜੀ, ਜ਼ਿਆਦਾ ਛੋਟੇ ਛੋਟੇ ਕਾਲੀਆਂ ਗੁਲਾਬ ਜਾਮਨਾਂ ਪਲੇਟ 'ਚ ਆ ਗਈਆਂ, ਅਤੇ ਚਾਸ਼ਨੀ ਵੀ ਮੇਰੇ ਹਿਸਾਬ ਨਾਲ ਹੁਣ ਕਰਦੀ ਹੈ ਬੰਦ। ਵੈਸੇ ਹਲੇ ਪਾਣੀ ਹੀ ਆ, ਇੰਨਾ ਜ਼ਿਆਦਾ ਸੰਘਣੀ ਨਹੀਂ ਹੋਈ, ਪਤਾ ਨਹੀਂ ਕਿਉਂ ਨਹੀਂ ਹੋਈ, ਮੈਨੂੰ ਲੱਗਦਾ ਠੰਡੀ ਕਰਨੀ ਪਊਗੀ ਇਹਨੂੰ ਚਾਸ਼ਨੀ ਨੂੰ, ਅਤੇ ਫਿਰ ਇਹਨੂੰ ਆਪਾਂ ਚਾਸ਼ਨੀ 'ਚ ਡਬੋਵਾਂਗੇ। ਅਤੇ ਲਓ ਜੀ, ਚਾਸ਼ਨੀ ਆਪਣੀ ਬਣ ਕੇ ਹੋ ਗਈ ਤਿਆਰ, ਹਜੇ ਗਰਮ ਆ, ਬਟ ਮੈਂ ਗਰਮ ਚਾਸ਼ਨੀ ਵਿੱਚ ਹੀ ਪਾ ਕੇ ਦੇਖਣ ਲੱਗੀ ਐਕਸਪੀਰੀਅੰਸ ਕਰਕੇ, ਜਦੋਂ ਠੰਡੇ ਹੋ ਜੂਗੇ ਤਾਂ ਫਿਰ ਕੱਢ ਲਾਂਗੇ। ਮੈਂ ਤਾਂ ਇੱਕ ਹੱਥ ਨਾਲ ਵਗਾ ਰਹੀ, ਤੁਸੀਂ ਪਲੀਜ਼ ਬੀ ਕੇਅਰਫੁਲ, ਆਪਣਾ ਕੰਮ ਕਰਨਾ ਆ, ਚਿੱਟੇ ਨਾ ਪਵਾ ਲਿਓ। ਅਤੇ ਫਿਰ ਉਸ ਤੋਂ ਬਾਅਦ ਚੰਨੀ ਸਾਹਿਬ ਉਹਨਾਂ ਦਾ ਦੇਖਦੇ ਹਾਂ ਰਿਐਕਸ਼ਨ ਕੀ ਆਉਂਦਾ ਆ। ਚਲੋ ਜੀ, ਬਣੀਆਂ ਥੋੜ੍ਹੀਆਂ ਹੀ ਆ, ਇੰਨੇ ਕਹਿੰਦਾ ਤਾਂ ਦਾੜ ਵੀ ਨਹੀਂ ਗਿੱਲੀ ਹੋਣੀ, ਇਹਦਾ ਮੈਨੂੰ ਪੌਦਾ ਵੀ ਬਹੁਤ ਪਸੰਦ ਆ। ਯਮੀ ਯਮੀ। ਹੁਣ ਆਪਾਂ ਇਹਨੂੰ ਥੋੜ੍ਹਾ ਟਾਈਮ ਛੱਡ ਦਿੰਦੇ ਹਾਂ, ਢੱਕ ਦਿੰਦੇ ਹਾਂ ਤਾਂ ਕਿ ਚਾਸ਼ਨੀ ਇਹਦੇ ਵਿੱਚ ਚੰਗੀ ਤਰ੍ਹਾਂ ਜਿਹੜੀ ਆ ਉਹ ਪਕੜ ਬਣਾ ਲਵੇ ਆਪਣੀ, ਹੈ ਨਾ। ਬਾਕੀ ਰੂਮ 'ਚ ਲੈ ਕੇ ਜਾਂਦੀ ਮੈਂ ਕੋਲੀਆਂ 'ਚ ਪਾ ਕੇ, ਅਤੇ ਦੇਖਦੇ ਫਿਰ ਚੰਨੀ ਸਾਹਿਬ ਜੀ ਦਾ ਕੀ ਰਿਐਕਸ਼ਨ ਆ। ਵੇਟ ਕਰੋ ਤੁਸੀਂ ਵੀ ਰਿਐਕਸ਼ਨ ਦੀ।
ਤੇ ਲੋ ਜੀ ਆਪਾਂ ਕੋਲੀਆਂ ਚ ਪਾ ਲਏ, ਇੱਕ ਡੈਡੀ ਦੀ ਔਰ ਇੱਕ ਮੇਰੀ ਤੇ ਚੰਨੀ ਦੀ ਕੋਲੀ ਹੈ। ਤੇ ਹੁਣ ਜਾ ਕੇ ਆਪਾਂ ਦੇਖਦੇ ਹਾਂ ਉਹਨਾਂ ਦਾ ਕੀ ਰਿਐਕਸ਼ਨ ਆ। ਲੈ ਵੀ ਆ ਜਾ ਡੈਡੀ। ਆ ਡੈਡੀ ਦੀ ਕੋਲੀ ਹੈ, ਇੱਕ ਚ ਤੁਸੀਂ ਤੇ ਮੈਂ। ਓਏ ਰੱਜ ਕੁਲੇ ਕੁਝ ਕਹਿਣਾ, ਕੁਝ ਕਹਿਣਾ ਚਾਹੋਗੇ? ਖਾ ਕੇ ਦੇ ਦੇ ਫੇਰ ਹੀ ਕਹਾਂਗੇ। ਸਵਾਦ ਨਹੀਂ ਸਿਰਾ ਕਰਾ ਦਿਆ। ਸਹੀ ਰਿਐਕਸ਼ਨ ਦੱਸੋ ਬਈ, ਲੋਕਾਂ ਨੇ ਤਾਂ ਕਨਫਿਊਜ਼ ਰਹਿ ਜਾਣਾ। ਬਹੁਤ ਸਵਾਦ ਹੈ। ਨਹੀਂ ਸਵਾਦ ਇਹਦਾ ਮਤਲਬ ਨਹੀਂ, ਨਹੀਂ ਬਹੁਤ ਸਵਾਦ ਨਹੀਂ ਆ ਜਾਣਾ। ਕੋਈ ਕਮੀ ਪੇਸ਼ੀ? ਕੋਈ ਕਮੀ ਪੇਸ਼ੀ? ਕੋਈ ਕਮੀ ਪੇਸ਼ੀ ਨਹੀਂ, ਸਿਰਾ ਕਰਾਤਾ ਬਾਬਿਓ। ਕੀ ਬਾਤ ਹੈ, ਇਹ ਜੀ ਘਰ ਵਾਲੇ ਸਭ ਨੂੰ ਮਿਲੇ। ਲਓ ਡੈਡੀ, ਤੁਸੀਂ ਡੈਡੀ ਜਾਣ ਕੇ ਆਪਣੀ ਲੜਾਈ ਪਾਉਣਾ ਚਾਹੁੰਦਾ ਤਾਂ ਦੱਸ ਰਿਹਾ। ਲੈ ਲੈ ਲੈ, ਮੈਨੂੰ ਖਾਣ ਵੀ ਨਹੀਂ ਦਿੱਤੀ, ਦੇਖਿਓ ਸਾਰੀਆਂ ਖਾ ਗਏ। ਜਦੋਂ ਸਾਰੀਆਂ ਖਾ ਲਈਆਂ ਉਦੋਂ ਕਹਿੰਦਾ ਤੂੰ ਖਾ ਲੈ, ਮੈਂ ਬਣਾਉਂਦੀ ਰਹਿ ਗਈ। ਭੁੱਖੇ ਮਰ ਜਾਂਦਾ। ਚਲੋ ਫਿਰ ਹੁਣ ਇਹ ਤਾਂ ਕਹਿ ਦਿਓ ਵੀ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਬਾਈ। ਲਾਈਕ ਵੀ ਕਰ ਦਿਓ, ਕਮੈਂਟ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ। ਹਾਂ ਤੱਕ ਪਾ ਦਿਓ। ਤੇ ਕਿਵੇਂ ਲੱਗਾ ਸਾਡਾ ਅੱਜ ਦਾ ਬਲੌਗ, ਅੱਜ ਦੀ ਰੈਸਿਪੀ, ਇਹ ਵੀ ਜ਼ਰੂਰ ਦੱਸਿਓ। ਮਿਲਦੇ ਆ ਫਿਰ ਕਿਸੇ ਨੈਕਸਟ ਬਲੌਗ 'ਚ ਨੈਕਸਟ ਰੈਸਿਪੀ ਨਾਲ। ਬਾਏ ਬਾਏ।